ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ ਸਾਰੇ ਜਾਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਆਪਾਂ ਜਿਹੜੇ ਤੁਹਾਡੇ ਫੇਵਰੇਟ ਸੂਟ ਸੀਗੇ, ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਜਲਦੀ ਉਹਨਾਂ ਨੂੰ ਰਿਪੀਟ ਕਰੋ ਤੁਸੀਂ। ਆਪਾਂ ਕ੍ਰਸ਼ ਮਸਲੀਨ ਦੇ ਸੂਟ ਸੀ ਜਿਹੜੇ ਪਾਏ ਸੀ, ਤਾਂ ਹੁਣ ਦੁਬਾਰਾ ਲੈ ਕੇ ਆਏ। ਕੁਛ ਪ੍ਰਿੰਟ ਰਿਪੀਟ ਨੇ, ਬਾਕੀ ਸਾਰੇ ਨਿਊ ਨੇ। ਠੀਕ ਹੈ ਜੀ, ਪਹਿਲਾਂ ਇਹ ਵਾਲਾ ਪ੍ਰਿੰਟ ਹੈ, ਸਟੀਲ ਗ੍ਰੇ ਕਲਰ ਦੇ ਉੱਪਰ। ਠੀਕ ਹੈ ਜੀ, ਇਸ ਦੇ ਨਾਲ ਪਿਸਤਾ ਸ਼ੇਡ ਦੀ ਹੈਗੀ ਹੈ ਜਿਹੜੀ ਬੋਟਮ, ਸਾਟਨ ਮਡਾਲ ਦੀ ਬੋਟਮ ਰਹੇਗੀ, ਵਧੀਆ ਸਟੱਫ ਰਹੇਗਾ। ਠੀਕ ਹੈ ਜੀ, ਸ਼ਰਟ ਦਾ ਪ੍ਰਿੰਟ ਹੈ ਜਿਹੜਾ, ਤੁਸੀਂ ਦੇਖ ਸਕਦੇ ਹੋ। ਹਾਂਜੀ, ਨੈਕਸਟ ਹੈਗਾ ਇਹ ਵਾਲਾ ਸੂਟ, ਵਾਈਨ ਕਲਰ ਦੇ ਉੱਪਰ ਛੋਟਾ ਪ੍ਰਿੰਟ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ। ਠੀਕ ਹੈ ਜੀ, ਤੇ ਬਾਵਾ ਸ਼ੇਡ ਦੀ ਹੈਗੀ ਹੈ ਨਾਲ ਬੋਟਮ ਹੈ ਇਸ ਦੇ। ਹਾਂਜੀ, ਨੈਕਸਟ ਇਹ ਵਾਲਾ ਪ੍ਰਿੰਟ ਹੈ। ਠੀਕ ਹੈ, ਐਸ ਕੇ ਦਾ ਸਟੱਫ ਰਹੇਗਾ ਜੀ, ਜਿਹੜਾ ਸ਼ਰਟਸ ਆ ਤੁਹਾਡੀਆਂ ਨਾ, ਆਲ ਓਵਰ ਵੀ ਤੁਸੀਂ ਲੈ ਸਕਦੇ ਹੋ। ਜਿਹੜੇ ਆਲ ਓਵਰ ਦੇ ਵਿੱਚ ਅਵੇਲੇਬਲ ਹੋਣਗੇ ਆਲ ਓਵਰ ਮਿਲ ਜਾਣਗੇ, ਜਿਹੜੇ ਆਪਣੇ ਮੈਚਿੰਗ ਦੇ ਵਿੱਚ ਸੇਲ ਹੋਣਗੇ ਉਹ ਤੁਹਾਨੂੰ ਮੈਚਿੰਗ ਦੇ ਵਿੱਚ ਮਿਲ ਜਾਣਗੇ। ਪ੍ਰਾਈਸ ਹੈ ਜਿਹੜਾ ਪਹਿਲਾਂ ਵਾਲਾ ਹੀ ਰਹੇਗਾ, ਬਾਕੀ ਸਕਰੀਨ ਦੇ ਉੱਪਰ ਮੈਂਸ਼ਨ ਕਰ ਦਾਂਗੇ। ਠੀਕ ਹੈ ਜੀ, ਇਹ ਵਾਲੀ ਹੈਗੀ ਹੈ ਜਿਹੜੀ ਬੋਟਮ ਹੈ, ਪਲੇਨ ਸਟੱਫ ਹੈ ਜਿਹੜਾ ਇਸ ਦੇ ਨਾਲ ਲੱਗਣਾ, ਅਤੇ ਇਹ ਹੈਗੀ ਹੈ ਸ਼ਰਟ ਇਸ ਤਰ੍ਹਾਂ ਦੇ ਨਾਲ। ਉਸੇ ਦਾ ਹੀ ਲਾਈਟ ਕਲਰ ਹੈਗਾ ਜਿਹੜਾ ਮੈਚਿੰਗ ਦੇ ਵਿੱਚ ਲੱਗਿਆ ਹੋਇਆ। ਠੀਕ ਹੈ, ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ, ਕਲਰ ਸਾਰੇ ਪਿਆਰੇ ਨੇ, ਬਹੁਤ ਜ਼ਿਆਦਾ ਡਿਮਾਂਡ ਬਹੁਤ ਜ਼ਿਆਦਾ। ਤਾਂ ਸੋ ਆਪਣਾ ਉਸ ਹਿਸਾਬ ਦੇ ਨਾਲ ਬੁਕਿੰਗਸ ਕਰਵਾ ਲਿਓ, ਕਿਤੇ ਫਿਰ ਵੀ ਨਾ ਰਹਿ ਜਾਓ ਤੁਸੀਂ, ਕਿਉਂਕਿ ਫਿਰ ਟਾਈਮ ਲੱਗ ਜਾਂਦਾ ਚੀਜ਼ਾਂ ਨੂੰ ਰੀਸਟੋਕ ਕਰਨ ਦੇ ਵਿੱਚ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਪ੍ਰਿੰਟ ਹੈ ਜੀ, ਠੀਕ ਹੈ, ਦੇਖ ਸਕਦੇ ਹੋ ਤੁਸੀਂ, ਕਲਰਸ ਕਿੰਨੇ ਪਿਆਰੇ ਲੱਗੇ ਹੋਏ ਆ ਸਾਰੇ ਪ੍ਰਿੰਟ ਦੇ ਵਿੱਚ। ਠੀਕ ਹੈ, ਤਾਂ ਇਹਦੇ ਵਿੱਚ ਹੈਗਾ ਜਿਹੜਾ ਪਿੰਕਿਸ਼ ਪੀਚ ਕਲਰ ਹੈਗਾ, ਉਸ ਦੀ ਮੈਚਿੰਗ ਹੈ ਇਸ ਤਰ੍ਹਾਂ ਦੇ ਨਾਲ, ਇਸ ਫਲਾਰ ਦੇ ਨਾਲ ਪ੍ਰੋਪਰ ਮੈਚ ਹੁੰਦੀ ਬੋਟਮ ਲਗਾਈ ਹੋਈ ਹੈ। ਜਿਨ੍ਹਾਂ ਕੋਲ ਵੀ ਇਹ ਸੂਟ ਗਏ ਆ ਸਾਰਿਆਂ ਦਾ ਬਹੁਤ ਵਧੀਆ ਰਿਸਪੋਂਸ ਆਇਆ, ਅਤੇ ਜਦੋਂ ਤੁਹਾਡਾ ਗੁੱਡ ਰਿਸਪੋਂਸ ਆਉਂਦਾ ਤਾਂ ਸਾਡਾ ਵੀ ਮਨ ਖੁਸ਼ ਹੋ ਜਾਂਦਾ। ਜੇਕਰ ਕੋਈ ਵੀ ਚੀਜ਼ਾਂ ਰਿਪੀਟ ਹੋ ਰਹੀਆਂ ਨਾ ਜੀ, ਇਹਦਾ ਮਤਲਬ ਹੈਗਾ ਜਿਨ੍ਹਾਂ ਨੇ ਪਰਚੇਜ਼ ਕੀਤੀਆਂ ਉਹਨਾਂ ਉਹ ਬਹੁਤ ਖੁਸ਼ ਹੋਏ ਆ। ਉਸ ਰਿਸਪੋਂਸ ਤੋਂ ਬਾਅਦ ਹੀ ਆਪਾਂ ਚੀਜ਼ਾਂ ਨੂੰ ਰਿਪੀਟ ਕਰਦੇ ਹਾਂ। ਇਹ ਨਹੀਂ ਹੈ ਕਿ ਤੁਸੀਂ ਡਿਮਾਂਡ ਕਰ ਰਹੇ ਹੋ ਤਾਂ ਆਪਾਂ ਜਲਦੀ ਦੇ ਵਿੱਚ ਚੀਜ਼ਾਂ ਨੂੰ ਰਿਪੀਟ ਕਰ ਦਿੱਤਾ। ਪਹਿਲਾਂ ਜੋ ਕੋਈ ਨਵਾਂ ਸਟਾਫ ਆਉਂਦਾ ਤਾਂ ਉਹਦਾ ਆਪਾਂ ਰਿਸਪੋਂਸ ਦੇਖਦੇ ਹਾਂ ਕਿ ਕਸਟਮਰ ਰਿਸਪੋਂਸ ਕੀ ਹੈ। ਹਾਂਜੀ, ਇਹ ਹੈਗਾ ਬਲੈਕ ਕਲਰ। ਠੀਕ ਹੈ, ਇਸ ਵਾਰ ਜਿਹੜੀ ਇਸ ਦੀ ਮੈਚਿੰਗ ਹੈਗੀ ਹੈ ਉਹ ਹੈਗੀ ਹੈ ਜੋ ਇਹਦਾ ਇਹ ਵਾਲਾ ਫਲਾਵਰ ਬਣਿਆ ਹੋਇਆ ਇਸ ਦੇ ਨਾਲ। ਕਲਰ ਤੁਹਾਡੇ ਕੋਲ ਪ੍ਰੋਪਰ ਆ ਰਿਹਾ, ਜਿਹੜੇ ਪਲੇਨ ਸਟੱਫ ਹੈ ਨਾ ਇਹ ਵੀ ਆਪਾਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਇਸ ਤਰ੍ਹਾਂ ਦੇ ਨਾਲ। ਇਹ ਆਪਾਂ ਪਹਿਲਾਂ ਤੁਹਾਨੂੰ ਪਲੇਨ ਸੂਟਸ ਵੀ ਹੈਗੇ ਆ ਜਿਹੜੇ ਸੇਲ ਕੀਤੇ ਨੇ। ਇਹ ਸੂਟਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਾ ਸਕਦੇ ਹੋ, ਜਿੱਦਾਂ ਹੁਣ ਗਰਮੀ ਦੇ ਵਿੱਚ ਵੇਅਰ ਕਰਨ ਦੇ ਲਈ ਇੰਬਰੋਇਡਰੀ ਵਗੈਰਾ ਵੀ ਕਰਵਾ ਸਕਦੇ ਹੋ। ਇਹਦੇ ਕਲਰਸ ਵੀ ਆਪਾਂ ਤੁਹਾਨੂੰ ਸ਼ੋ ਕੀਤੇ ਹੋਏ ਨੇ। ਠੀਕ ਹੈ ਜੀ, ਦੁਬਾਰਾ ਵੀ ਕਰ ਦਾਂਗੇ ਕਿਉਂਕਿ ਨਿਊ ਕਲਰ ਚਾਰਟ ਦੇ ਵਿੱਚ ਐਡ ਹੋ ਰਹੇ ਨੇ। ਇਹ ਹੈਗਾ ਜੀ ਇਸ ਬਲੈਕ ਸੂਟ ਦੇ ਨਾਲ ਮੈਚਿੰਗ। ਹਾਂਜੀ, ਨੈਕਸਟ ਇਹ ਵਾਲਾ ਬਲੈਕ ਕਲਰ ਹੈ। ਇਹ ਦੋਨੋਂ ਬਲੈਕ ਕਲਰ ਆਪਣੇ ਰਿਪੀਟ ਤੇ। ਹੈਲੋ ਜੀ, ਉਹਦਾ ਪ੍ਰਿੰਟ ਸੀਗਾ ਜਿਹੜਾ ਛੋਟਾ ਪ੍ਰਿੰਟ, ਮੀਡੀਅਮ ਪ੍ਰਿੰਟ ਸੀਗਾ, ਇਹਦੇ ਵਿੱਚ ਜਿਹੜੇ ਵੱਡੇ ਫਲਾਰਸ ਬਣੇ ਹੋਏ ਨੇ। ਠੀਕ ਹੈ ਜੀ, ਅਤੇ ਇਸ ਤਰ੍ਹਾਂ ਦੇ ਨਾਲ ਇਹਦੀ ਹੈਗੀ ਹੈ ਮੈਚਿੰਗ। ਹਾਂਜੀ, ਨੈਕਸਟ ਇਹ ਵਾਈਨ ਸ਼ੇਡ ਦਾ ਸੂਟ ਹੈ।
ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਇਹਦੀ ਵੀ ਬਲੈਕ ਸੂਟ ਵਾਂਗ। ਠੀਕ ਹੈ ਜੀ, ਤੇ ਇਹ ਹੈਗੀ ਇਸ ਦੇ ਨਾਲ ਬੋਟਮ। ਹਾਂਜੀ, ਨੈਕਸਟ ਡੇ ਵਾਲਾ ਪ੍ਰਿੰਟ ਹੈਗਾ ਚੈਰੀ ਕਲਰ ਹੈ। ਠੀਕ ਹੈ ਜੀ, ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਹੈਗੀ ਇਹਦੀ, ਅਤੇ ਲਾਈਟ ਕਲਰ ਦੀ ਆਪਾਂ ਇਸ ਦੇ ਨਾਲ ਬੋਟਮ ਹੈਗੀ ਹੈ ਜਿਹੜੀ ਮੈਚ ਕੀਤੀ ਹੋਈ ਇਸ ਤਰ੍ਹਾਂ ਦੇ ਨਾਲ। ਠੀਕ ਹੈ ਜੀ, ਅੱਜ ਆਪਾਂ ਤੁਹਾਨੂੰ ਛੋਟੀ ਜਿਹੀ ਇੱਕ ਵੀਡੀਓ ਦਿੱਤੀ ਹੈ, ਇਹਨਾਂ ਦੇ ਵਿੱਚੋਂ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਆਪਣਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਵਟਸਐਪ ਵਾਲਾ, ਤੁਸੀਂ ਉਸ ਦੇ ਉੱਪਰ ਸਕਰੀਨਸ਼ਾਟ ਭੇਜ ਦੇਣਾ, ਪੇਮੈਂਟ ਤੋਂ ਬਾਅਦ ਹੀ ਜਿਹੜਾ ਤੁਹਾਡਾ ਆਰਡਰ ਆ ਉਹ ਕਨਫਰਮ ਹੋਏਗਾ। ਠੀਕ ਹੈ ਜੀ, ਫਿਰ ਮਿਲਦੇ ਹਾਂ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਤੁਸੀਂ ਇਹਨਾਂ ਸੂਟਸ 'ਤੇ ਆਰਡਰ ਕਰੋ ਬੁੱਕ।